आज दे टाइम च भी इनी सांभ संभाल रखी है, पिछले कारण की है? बस मेरी लाइफ की ये पहली कार है ते मैं इससे हनीमून मनाने लिए मोगा तो नैनीताल गया सी। सो मेनू इस कार नाल बड़ा लगाव है। ला सब तो पहले व्याह तो बाद ये गड्डी खरीदी सी ते इस च हनीमून ते? हाँ बिल्कुल, हनीमून ते इस कार च गया सी, मेरी लाइफ की पहली कार। उस टाइम मैं 3750 रुपए च खरीदी सी। थोनू जरूर दिखाने अपने दर्शकों नू कि इस गड्डी दे पिछे अंकल जी ने बड़ी सोहनी चीज लिखी हुई है। वो लिखी हुई है माई हनीमून कार। इथे अंकल जी की भी फोटो हैगी है, आंटी जी भी नाल खड़े ने। 72 साल पुरानी गड्डी पर अज भी इहदे जिवें लिश्क मारदी इहनू लगदा। अज ते जिहड़े बच्चे इहनू देखण आंदे ने इह उहनां दी दादी लगदी है। कार देखो है ते एक्चुअली 2-सीटर आ, दो पिछे किड्स लई सीट है छोटी जी। देखो जे तुसीं हनीमून ते जाओगे फिर किड्स ते होणगे ही, उहदे लई उहनां ने सीट पहलां ही देती है। देखो जी हुण अंकल जी आ देखो आ खुल गई खिड़की, इह खुलदी भी दूजे पासे नूं ना। ਇਹ ਸੀਟ ਹੋਏਗੀ ਅੱਗੇ ਤੇ ਇਸ ਸੀਟ ਤੋਂ ਦੀ ਬੰਦਾ ਜੋ ਜਾ ਕੇ ਦੋ ਜਾਣੇ ਜਿਹੜੇ ਆਰਾਮ ਨਾਲ ਪਿੱਛੇ ਜਾ ਕੇ ਬਹਿ ਸਕਦੇ ਨੇ। ਦੇਖੋ ਜੀ ਛੋਟੀ ਜੀ ਡਿੱਗੀ ਵੀ ਹੈ, ਪੂਰਾ ਪ੍ਰੋਪਰ ਗੱਡੀ ਹੈ। ਗੱਡੀ ਨੂੰ ਦੇਖ ਕੇ ਕਹਿ ਨਹੀਂ ਸਕਦਾ ਵੀ ਸਿਰਫ ਇਹ 2-ਸੀਟਰ ਹੋਏਗੀ। ਅੱਛਾ ਇਹ ਹੋਰਨ ਵੀ ਵੱਜਦਾ ਹੈ ਜਦੋਂ ਗੱਡੀ ਚਲਾਉਂਦੇ? ਇੱਥੋਂ ਹੋਰਨ ਮਾਰਦੇ ਹੋ ਜਾਂ ਅੰਦਰ? ਦੋਨੋਂ ਯੂਜ਼ ਕਰ ਰਹੇ ਨੇ, ਦੋਨੋਂ ਯੂਜ਼ ਕਰ। ਬੱਚੇ ਹੋਣ ਤਾਂ ਇਹ ਵਾਲਾ ਹੋਰਨ ਚੱਲਦਾ, ਅਡਲਟ ਹੋਣ ਤੇ ਦੂਸਰਾ ਚੱਲਦਾ। क्या बात है, क्या बात है, पूरी ऐ लश्काई पई है। टायर देखो गड्डी दे नवे नरोए पए है। ਇਹ ਨਹੀਂ ਲੱਗਦਾ ਵੀ ਅਸੀਂ ਅੱਜਕੱਲ ਦੀਆਂ ਗੱਡੀਆਂ ਚ ਬੈਠੇ ਆ ਜਾਂ ਪੁਰਾਣੀਆਂ ਗੱਡੀਆਂ ਬੈਠੀਆਂ। ਪੂਰੀਆਂ ਸੀਟਾਂ ਵੀ ਪੂਰੀਆਂ ਐਨ ਕੰਫਰਟੇਬਲ ਹੈ, ਸੀਟ ਬੈਲਟ ਵੀ ਲੱਗੀ ਹੋਈ ਹੈ। ਹਾਂ ਬਿਲਕੁਲ, ਉਸ ਟਾਈਮ ਤੇ ਸੀਟ ਬੈਲਟ ਨਹੀਂ ਸੀ, ਇਹ ਬਾਅਦ ਚ ਫਿੱਟ ਹੋਈਆਂ ਨੇ। ਸਾਈਡ ਵਿਊ ਮਿਰਰ ਵੀ ਉਸ ਟਾਈਮ ਤੇ ਨਹੀਂ ਸੀ ਆਉਂਦੇ ਹੁੰਦੇ ਤੇ ਬਾਅਦ ਚ ਫਿੱਟ ਹੋਏ ਨੇ। ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ, ਮੈਂ ਤੁਹਾਡੇ ਨਾਲ ਨਵਦੀਪ ਮਾਨ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਜਦੋਂ ਤੁਸੀਂ ਸ਼ੌਂਕ ਪੂਰੇ ਕਰਨ ਲੱਗ ਜਾਓ ਉੱਥੇ ਪੈਸਾ ਧੇਲਾ ਨਹੀਂ ਦੇਖਿਆ ਜਾਂਦਾ। ਮੇਰੇ ਪਿੱਛੇ ਤੁਸੀਂ ਇੱਕ ਗੱਡੀ ਦੇਖ ਰਹੇ ਹੋ, ਇਹ ਗੱਡੀ ਦੇਖ ਕੇ ਤੁਹਾਨੂੰ ਵੀ ਹੈਰਾਨੀ ਹੋਏਗੀ ਕਿਉਂਕਿ ਇਹ ਅੱਜ ਦੇ ਟਾਈਮ ਦੇ ਵਿੱਚ ਤਾਂ ਇਹੋ ਜਿਹੀਆਂ ਗੱਡੀਆਂ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਪਰ ਜਦੋਂ ਵੀ ਇਹੋ ਜਿਹੀ ਗੱਡੀ ਸੜਕ ਦੇ ਉੱਤੇ ਨਿਕਲਦੀ ਹੈ ਤਾਂ ਲੋਕ ਜਿਹੜੇ ਆ ਦੂਰੋਂ ਦੂਰੋਂ ਖੜ ਕੇ ਇਸ ਗੱਡੀ ਨੂੰ ਵੇਖਦੇ ਵੀ ਨੇ, ਫੋਟੋਆਂ ਵੀ ਖਿਚਾਉਂਦੇ ਨੇ ਤੇ ਵੀਡੀਓ ਵੀ ਜ਼ਰੂਰ ਬਣਾਉਂਦੇ ਨੇ। ਤਾਂ ਇਹ ਫੀਐਟ ਗੱਡੀ ਹੈ ਜੀ ਜਿਹੜੀ ਕਿ ਇਸ ਵਕਤ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਤੇ ਖਾਸ ਗੱਲ ਇਹ ਹੈ ਕਿ ਇੱਕ ਸਰਦਾਰ ਜੀ ਦੇ ਕੋਲ ਇਹ ਗੱਡੀ ਹੈ ਜਿਨ੍ਹਾਂ ਨੇ ਬੜੀ ਸਾਂਭ ਸੰਭਾਲ ਕੀਤੀ ਹੋਈ ਹੈ ਇਸ ਗੱਡੀ ਦੀ ਤੇ ਅੱਜ ਵੀ ਕਾਫੀ ਪੁਰਾਣੀ ਗੱਡੀ ਹੈ ਪਰ ਅੱਜ ਵੀ ਪੂਰੀ ਨਵੀਂ ਤੇ ਤਰੋ ਤਾਜ਼ਾ ਇਹ ਗੱਡੀ ਰੱਖਦੇ ਤੇ ਇਹ ਗੱਡੀ ਰੱਖਣ ਦੇ ਪਿੱਛੇ ਰਾਜ ਕੀ ਹੈ ਇਸ ਰਾਜ ਨੂੰ ਜਾਣਨ ਲਈ ਅੱਜ ਅਸੀਂ ਪਹੁੰਚੇ ਹਾਂ। ਅਮਰਜੀਤ ਸਿੰਘ ਸੋਢੀ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਹੋ ਅੰਕਲ ਜੀ? ਫਾਈਨ ਅੰਕਲ ਜੀ। ਆ ਫੀਟ ਗੱਡੀ ਇੰਨੀ ਅੱਜ ਦੇ ਟਾਈਮ 'ਚ ਵੀ ਇੰਨੀ ਸਾਂਭ ਸੰਭਾਲ ਰੱਖੀ ਹੈ ਤਾਂ ਪਿਛਲੇ ਕਾਰਨ ਕੀ ਹੈ? ਬਸ ਮੇਰੀ ਲਾਈਫ ਦੀ ਇਹ ਪਹਿਲੀ ਕਾਰ ਹੈ ਤੇ ਮੈਂ ਇਸ 'ਤੇ ਹਨੀਮੂਨ ਮਨਾਉਣ ਲਈ ਮੋਗਾ ਤੋਂ ਨੈਨੀਤਾਲ ਗਿਆ ਸੀ। ਸੋ ਮੈਨੂੰ ਇਸ ਕਾਰ ਨਾਲ ਬੜਾ ਲਗਾਵ ਹੈ ਤੋ ਮੈਂ ਅੱਜ ਤੱਕ ਰੱਖੀ ਹੋਈ ਹੈ। ਫਸਟ ਕਲਾਸ ਵਰਕਿੰਗ ਆਰਡਰ 'ਚ ਆ ਅਤੇ ਬੜੀ ਅੱਛੀ ਚੱਲ ਰਹੀ ਹੈ। ਮੈਂ ਚੰਡੀਗੜ੍ਹ ਵਿੰਟੇਜ ਕਲਾਸਿਕ ਕਾਰ ਦਾ ਮੈਂਬਰ ਵੀ ਹਾਂ ਅਤੇ ਸੋ ਪਾਰਟੀਸਪੇਟ ਕਰਦੇ ਰਹਿੰਦੇ, ਸਾਡੀਆਂ ਰੈਲੀਜ਼ ਹੁੰਦੀਆਂ ਰਹਿੰਦੀਆਂ ਨੇ। ਪਹਿਲਾਂ ਸਭ ਤੋਂ ਪਹਿਲਾਂ ਵਿਆਹ ਤੋਂ ਬਾਅਦ ਇਹ ਗੱਡੀ ਖਰੀਦੀ ਸੀ ਅਤੇ ਇਸ 'ਚ ਹਨੀਮੂਨ ਤੇ ਗਏ? ਹਾਂ ਬਿਲਕੁਲ, ਹਨੀਮੂਨ ਤੇ ਇਸ ਕਾਰ 'ਚ ਗਏ ਸੀ, ਮੇਰੀ ਲਾਈਫ ਦੀ ਪਹਿਲੀ ਕਾਰ ਆ। ਉਸ ਟਾਈਮ ਮੈਂ 3750 ਰੁਪਏ 'ਚ ਖਰੀਦੀ ਸੀ। ਅੱਛਾ ਜੀ, ਉਹ ਟਾਈਮ ਦੇ 3750 ਰੁਪਏ ਤੇ ਅੱਜ ਦੇ ਟਾਈਮ 'ਚ ਕੀਮਤ ਲੱਖਾਂ ਕਰੋੜਾਂ ਦੀ ਬਣ ਗਈ ਹੋਣੀ। ਬਿਲਕੁਲ, ਅੱਜਕੱਲ੍ਹ ਅਵੇਲੇਬਲ ਨੇ। ਅਗਰ ਜ਼ਿਆਦਾ ਪਾਰਟਸ ਚਾਹੀਦੇ ਹੋਣ, ਤੁਸੀਂ ਇੰਜਨ ਵਗੈਰਾ ਗੇਅਰ ਬਾਕਸ ਓਵਰਹਾਲ ਕਰਨਾ ਹੋਏ ਤਦ ਫਿਰ ਇਟਲੀ ਤੋਂ ਪਾਰਟਸ ਇੰਪੋਰਟ ਕਰਨੇ ਪੈਂਦੇ ਨੇ, ਆਨਲਾਈਨ ਆ ਜਾਂਦੇ ਨੇ। ਅੰਕਲ ਜੀ ਕਿੰਨਾ ਕੁ ਸਫ਼ਰ ਇਸ ਗੱਡੀ 'ਤੇ ਤੁਸੀਂ ਤੈਅ ਕਰ ਚੁੱਕੇ ਹੋ ਹੁਣ ਤੱਕ? ਮੈਂ ਤਾਂ ਕਾਫੀ ਚਲਾਈ ਆ, ਜਦੋਂ ਅਸੀਂ ਹਨੀਮੂਨ 'ਤੇ ਗਏ ਸੀ ਉਸ ਟ੍ਰਿਪ 'ਚ ਅਪਰੋਕਸੀਮੇਟਲੀ ਕੋਈ 2300 ਕਿਲੋਮੀਟਰ ਚਲਾਈ ਹੋਏਗੀ ਇੱਕ ਟ੍ਰਿਪ ਵਿੱਚ। ਅਤੇ ਸੋ ਮੈਂ ਪਲੈਨ ਕਰ ਰਿਹਾ ਕਿ ਲੇਹ ਜਾ ਕੇ ਮੈਂ ਖਰਦੁੰਗਲਾ ਪਾਸ ਜਾਇਆ ਜਾਏ, ਜਿਹੜੀ ਕਿ ਵਰਲਡ ਦੀ ਹਾਈਐਸਟ ਮੋਟਰੇਬਲ ਰੋਡ ਹੈ। ਸੋ ਉੱਥੇ ਜਾਣ ਦੀ ਪਲੈਨ ਕਰ ਰਿਹਾ। ਅੰਕਲ ਜੀ, ਆਂਟੀ ਜੀ ਨੇ ਕਿਹਾ ਸੀ ਗੱਡੀ ਲੈਣ ਦੇ ਲਈ ਜਾਂ ਆਪ ਹੀ ਸ਼ੌਂਕ ਪੈਦਾ ਹੋਇਆ ਸੀ ਵੀ ਮੈਂ ਇਸ ਗੱਡੀ 'ਤੇ ਹਨੀਮੂਨ 'ਤੇ ਜਾਣਾ? ਨਹੀਂ, ਇਹ ਤਾਂ ਮੇਰਾ ਹੀ ਸ਼ੌਂਕ ਸੀ ਅਤੇ ਉਹ ਮੇਰੀ ਵਾਈਫ ਤਾਂ ਉਸ ਟਾਈਮ 'ਤੇ ਸਕੂਲ ਸਟੂਡੈਂਟ ਸੀ, ਅਰਲੀ ਮੈਰਿਜ ਹੋਈ ਸੀ ਸਾਡੀ।
ਆਜੋ ਅੰਕਲ ਜੀ, ਆਪਾਂ ਗੱਡੀ ਦੇ ਪਿੱਛੇ ਇੱਕ ਚੀਜ਼ ਤੁਹਾਨੂੰ ਜ਼ਰੂਰ ਦਿਖਾਉਂਦੇ ਹਾਂ ਆਪਣੇ ਦਰਸ਼ਕਾਂ ਨੂੰ, ਕਿ ਇਸ ਗੱਡੀ ਦੇ ਪਿੱਛੇ ਅੰਕਲ ਜੀ ਨੇ ਬੜੀ ਸੋਹਣੀ ਚੀਜ਼ ਲਿਖੀ ਹੋਈ ਆ। ਉਹ ਲਿਖੀ ਹੋਈ ਹੈ ਮਾਈ ਹਨੀਮੂਨ ਕਾਰ, ਤੇ ਇੱਥੇ ਅੰਕਲ ਜੀ ਦੀ ਵੀ ਫੋਟੋ ਹੈਗੀ ਹੈ ਤੇ ਆਂਟੀ ਜੀ ਵੀ ਨਾਲ ਖੜੇ ਨੇ। ਅੰਕਲ ਜੀ, ਇਹ ਫੋਟੋ ਕਦੋਂ ਦੀ ਹੈ? ਇਹ ਦੋ ਟਾਈਮ ਤੇ ਮੈਂ ਟਰੋਫੀ ਵਿਨਰ ਹਾਂ। ਇੱਕ ਉੱਪਰ ਵਾਲੀ ਦਿੱਲੀ 'ਚ ਰੈਲੀ ਹੋਈ ਸੀ, ਉਹਦੇ 'ਚ ਮੈਂ ਟਰੋਫੀ ਵਿਨਰ ਹਾਂ। ਦੂਸਰੀ ਜੈਪੁਰ 'ਚ ਰੈਲੀ ਹੋਈ ਸੀ, ਮੈਂ ਉਹਦਾ ਵਿਨਰ ਹੈਗਾ ਟਰੋਫੀ ਦਾ। ਅੰਕਲ ਜੀ, ਇਹ ਫੋਟੋ, ਇਹ ਗੱਡੀ ਨਾਲ ਤਾਂ ਫਿਰ ਲੋਕ ਫੋਟੋਆਂ ਵੀ ਜ਼ਰੂਰ ਖਿਚਾਉਂਦੇ ਹੋਣੇ ਆ। ਹਾਂ, ਬਹੁਤ ਜ਼ਿਆਦਾ ਬੜੇ ਫੋਟੋ ਖਿਚਾਉਂਦੇ ਨੇ ਲੋਕ। ਪ੍ਰੀ ਵੈਡਿੰਗ ਸ਼ੂਟ ਜਿਹੜਾ ਕਰਦੇ ਨੇ ਉਹਦੇ ਲਈ ਬੁਲਾਉਂਦੇ ਨੇ। ਤੁਸੀਂ ਦਿੰਦੇ ਹੋ ਗੱਡੀ? ਨਹੀਂ, ਇੱਕ ਮੈਂ ਕਿਸੇ ਨੂੰ ਦਿੱਤੀ ਸੀ, ਕੋਈ ਬਹੁਤ ਕਲੋਜ਼ ਸੀ। ਵੈਸੇ ਮੈਂ ਨਹੀਂ ਇੰਟਰਸਟਡ ਹੁੰਦਾ। ਅੰਕਲ ਜੀ, ਆ ਗੱਡੀ ਦੀ ਜਿਹੜੀ ਖਿੜਕੀ ਹੈ, ਇੱਥੇ ਲਿਖਿਆ ਹੋਇਆ ਪਲੀਜ਼ ਡੂ ਨਾਟ ਟੱਚ, ਇਹਦਾ ਕਾਰਨ ਕੀ ਹੈ? ਇਸ ਕਰਕੇ ਕਿ ਲੋਕ ਹੈਂਡਲ ਨਾਲ ਫਿਡਲ ਕਰਦੇ ਆ, ਉਹ ਬਾਰ ਬਾਰ ਖੋਲ੍ਹਣ ਨਾਲ ਖਰਾਬ ਹੁੰਦਾ ਸੀ। ਸਾਈਡ ਵਿਊ ਮਿਰਰ ਦੀ ਸੈਟਿੰਗ ਆਊਟ ਹੋ ਜਾਂਦੀ ਹੈ, ਫਿਰ ਸੈੱਟ ਕਰਨਾ ਪੈਂਦਾ। ਇਸ ਕਰਕੇ ਤਦ ਲਿਖ ਕੇ ਲਾਇਆ। ਲੋਕ ਪੜ੍ਹੇ ਲਿਖੇ ਨੇ, ਪਲੀਜ਼ ਡੋਂਟ ਟੱਚ, ਸੋ ਨਹੀਂ ਟੱਚ ਕਰਦੇ। ਅਤੇ ਗੱਡੀ ਦਾ ਹੈਂਡਲ ਵੀ ਨਾ ਬੜਾ ਅਲੱਗ ਜਿਹਾ ਆ, ਆਮ ਗੱਡੀਆਂ ਦੇ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੈ। ਬਹੁਤ ਘੱਟ ਇੱਦਾਂ ਦਾ ਹੈਂਡਲ ਦੇਖਣ ਨੂੰ ਮਿਲਦਾ। ਹਾਂ ਬਿਲਕੁਲ, ਇਹ ਅਲੱਗ ਟਾਈਪ ਦਾ, ਇਹ ਇਸ ਸ਼ੇਪ 'ਚ ਹੀ ਆਇਆ ਸੀ। ਸੁਸਾਈਡ, ਮੈਨੂੰ ਲੱਗਦਾ ਸੁਸਾਈਡ ਵਿੰਡੋ ਵੀ ਸ਼ਾਇਦ ਇਹ ਗੱਡੀ ਨੂੰ ਕਹਿੰਦੇ ਨੇ। ਡੋਰਸ ਕਹਿੰਦੇ ਨੇ ਜੀ, ਕਿਉਂਕਿ ਉਲਟੇ ਖੁੱਲਦੇ ਨੇ, ਹਵਾ ਦਾ ਪ੍ਰੈਸ਼ਰ ਲੱਗ ਜਾਏ। ਚਲਦੀ ਕਾਰ 'ਚ ਤੁਸੀਂ ਖੋਲ ਦਿਓ ਤਾਂ ਡੋਰ ਟੁੱਟ ਕੇ ਗਿਰ ਜਾਣ ਦਾ ਡਰ ਹੁੰਦਾ, ਤਦ ਕਰਕੇ ਇਹਨੂੰ ਸੁਸਾਈਡ ਡੋਰ ਕਹਿੰਦੇ ਨੇ। ਜੀ, ਫਿਰ ਇਹ ਗੱਡੀ ਚਲਾਉਣ 'ਚ ਆਮ ਗੱਡੀਆਂ ਨਾਲ ਚਲਾਉਣੀ ਕਿੰਨੀ ਔਖੀ ਲੱਗਦੀ ਹੈ? ਨਹੀਂ, ਕੋਈ ਫਰਕ ਨਹੀਂ। ਜਿਸ ਤਰ੍ਹਾਂ ਆਰਡੀਨਰੀ ਆਪਣੇ ਮਰੂਤੀ 800 ਆ, ਸੇਮ ਉਸ ਟਾਈਪ ਦੀ ਉਹ ਜੀ ਗੇਅਰ ਨੇ, 4 ਫਾਰਵਰਡ 1 ਰਿਵਰਸ, ਸੋ ਸਿੰਪਲ ਆ, ਕੋਈ ਐਸੀ ਗੱਲ ਨਹੀਂ ਹੈ। ਏਸੀ ਉਸ ਟਾਈਮ ਤੇ ਹੁੰਦੇ ਹੀ ਨਹੀਂ ਸੀ। ਗੱਡੀ ਦਾ ਮਾਡਲ ਕਿੰਨਾ? ਇਹ 1951 ਆ। 1951 ਚ ਗੱਡੀ ਦਾ ਮਾਡਲ ਹੈ ਤੇ ਅੱਜ 2022 ਚੱਲ ਰਿਹਾ। ਕਿੰਨੀਆਂ ਸਾਲ, ਕਿੰਨੇ ਸਦੀਆਂ ਹੀ ਆਪਾਂ ਕਹਿ ਸਕਦੇ ਬੀਤ ਗਏ। 71 ਈਅਰ 올ਡ ਹੋ ਗਈ ਹੈ। ਬੱਲੇ ਬੱਲੇ, 71 ਸਾਲ ਪੁਰਾਣੀ ਗੱਡੀ, ਪਰ ਅੱਜ ਵੀ ਇਹਦੇ ਜਿਵੇਂ ਲਿਸ਼ਕ ਮਾਰਦੀ ਹੈ ਇਹਨੂੰ ਲੱਗਦਾ ਨਹੀਂ ਦੇਖ ਕੇ। ਅੱਜ ਤੇ ਜਿਹੜੇ ਬੱਚੇ ਇਹਨੂੰ ਦੇਖਣ ਆਉਂਦੇ ਨੇ, ਇਹ ਉਹਨਾਂ ਦੀ ਦਾਦੀ ਲੱਗਦੀ ਹੈ। ਦੋ ਤਰ੍ਹਾਂ ਦੇ ਹੋਰਨ ਨੇ ਜਾਂ ਹੋਰਨ ਵੀ ਕਿਵੇਂ ਦਾ? ਹਾਂ, ਦੋ ਟਾਈਪ ਦੇ ਨੇ, ਅਲੱਗ ਅਲੱਗ ਨੇ। ਚੇਂਜ ਓਵਰ ਸਵਿੱਚ ਲੱਗੀ ਹੈ, ਜਿਹੜਾ ਹਾਰਨ ਮਰਜ਼ੀ ਯੂਜ਼ ਕਰ ਲਓ। ਇੱਕ ਥੋੜ੍ਹਾ ਜਿਹਾ ਫਨੀ ਹਾਰਨ ਹੈ, ਇੱਕ ਆਰਡੀਨਰੀ ਫੋਨ। ਅੰਕਲ ਦੇਖੋ, ਪੁਰਾਣੀਆਂ ਗੱਡੀਆਂ ਹੁੰਦੀਆਂ ਸੀ ਨਾ, ਕਹਿੰਦੇ ਉਹਨਾਂ ਛੱਤਾਂ ਨਹੀਂ ਸੀ ਖੁੱਲਦੀਆਂ, ਪਰ ਇਹ ਗੱਡੀ ਦੇਖ ਲਓ, ਛੱਤ ਵੀ ਖੁੱਲਦੀ ਹੈ, ਸਨ ਪਰੂਫ ਵਾਲੇ, ਪੂਰੀ ਫੀਲਿੰਗ ਆਉਂਦੀ ਹੈ ਗੱਡੀ ਦੇ। ਬਿਲਕੁਲ, ਇੱਕ ਕਨਵਰਟੇਬਲ ਹੈ, ਉੱਪਰੋਂ ਖੁੱਲ ਜਾਂਦੀ ਹੈ, ਫਿਰ ਵੀ ਹਵਾ ਨਹੀਂ ਲੱਗਦੀ, ਹਵਾ ਕ੍ਰੋਸ ਕਰਦੀ ਆ, ਲੇਕਿਨ ਫਿਰ ਵੀ ਵਾਲ ਵਗੈਰਾ ਨਹੀਂ ਉੱਡਦੇ। ਅੰਕਲ ਜੀ, ਫਿਰ ਹੁਣ ਵੀ ਆਂਟੀ ਜੀ ਨੂੰ ਬਿਠਾ ਕੇ ਗੇੜੀ ਤੇ ਜਾਂਦੇ ਆ? ਹਾਂ, ਹਮੇਸ਼ਾ ਅਸੀਂ ਜਦੋਂ ਰੈਲੀ ਤੇ ਜਾਂਦੇ ਉਹ ਮੇਰੇ ਨਾਲ ਜਾਂਦੇ ਨੇ। ਅੱਜ ਵੀ ਉਹਨਾਂ ਨੇ ਆਉਣਾ ਸੀ, ਜੇ ਆਪਣਾ ਟਾਈਮ ਸੈੱਟ ਹੋ ਜਾਂਦਾ ਤੇ। ਅੰਕਲ ਜੀ, ਫਿਰ ਇਹ ਗੱਡੀਆਂ ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਹੀ ਸੀਗਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਗੱਡੀਆਂ ਤੁਸੀਂ ਚਲਾਉਣ ਦੇ ਸ਼ੌਕੀਨ? ਮੇਰੇ ਕੋਲ ਮੋਰਿਸ ਮਾਈਨਰ ਹੈ, ਉਹ UK ਦੀ ਆ, ਐਂਬੈਸਡਰ ਦਾ 4 ਜਨਰੇਸ਼ਨ ਪਹਿਲਾਂ ਦਾ ਮਾਡਲ ਹੈ। ਅਦਰਵਾਈਜ਼ ਮੇਰੇ ਕੋਲ ਹੋਂਡਾ CR-V ਹੈ, ਇੱਕ ਪੋਲੋ ਹੈ ਫੋਕਸਵੈਗਨ ਦੀ, ਅਤੇ ਜਿਪਸੀ ਵੀ ਹੈ, ਸੋ ਇਹ ਕਾਰਾਂ ਨਹੀਂ। ਅੰਕਲ, ਜਦੋਂ ਉਹ ਟਾਈਮ ਦੇ ਵਿੱਚ ਆਪਾਂ 3700 ਰੁਪਏ ਦੀ ਤੁਸੀਂ ਇਹ ਕਾਰ ਲਈ, ਬਹੁਤ ਵੱਡੀ ਕੀਮਤ ਸੀ 3700 ਰੁਪਏ, ਉਹ 3700 ਰੁਪਏ ਜੋੜੇ ਕਿਵੇਂ ਸੀਗੇ? ਕਿਉਂਕਿ ਉਸ ਟਾਈਮ ਤਾਂ ਉਹ ਜੋੜਨੇ ਬਹੁਤ ਔਖੇ ਸੀਗੇ। ਉਸ ਟਾਈਮ 'ਤੇ ਮੈਂ ਆਪਣੇ ਫਾਦਰ ਨਾਲੋਂ ਅਲੱਗ ਹੋਇਆ ਸੀ, ਅਤੇ ਸਾਨੂੰ ਜ਼ਮੀਨ 50-50 ਏਕੜ ਮਿਲੀ ਸੀ। 50 ਏਕੜ ਨਾਲ ਮੈਨੂੰ 4500 ਰੁਪਇਆ ਫਾਦਰ ਨੇ ਕੈਸ਼ ਦਿੱਤਾ ਸੀ। ਉਸ ਕੈਸ਼ 'ਚੋਂ ਮੈਂ 4300 ਰੁਪਏ ਦਾ ਬੁਲਟ ਖਰੀਦ ਲਿਆ ਸੀ, ਅਤੇ ਬੁਲਟ ਤੋਂ ਬਾਅਦ ਜਦੋਂ ਮੈਨੂੰ ਇਹ ਕਾਰ ਦਾ ਪਤਾ ਚੱਲਿਆ ਤਾਂ ਮੈਂ ਬੁਲਟ 4100 'ਚ ਵੇਚ ਦਿੱਤਾ, ਅਤੇ ਇਹ ਕਾਰ ਲੈਣ ਲਈ ਚਲਾ ਗਿਆ। ਅਤੇ ਸੋ ਮੇਰੀ ਡੀਲ ਹੋ ਗਈ, ਫਿਰ ਮੈਂ ਇਹ ਕਾਰ ਲੈ ਲਈ। ਅੱਛਾ ਜੀ, ਉਸ ਟਾਈਮ ਦੇ ਵਿੱਚ ਬੁਲਟ ਵੇਚਿਆ ਅਤੇ ਫਿਰ ਇਹ ਗੱਡੀ ਲਈ, ਫਿਰ ਇਹ ਕਾਰ ਲੈ ਲਈ। ਅੰਕਲ ਜੀ, ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹੀਏ ਨਾ ਵੀ ਵਿਆਹ ਹੋ ਜਾਂਦਾ, ਉਸ ਤੋਂ ਬਾਅਦ ਰਿਸ਼ਤਿਆਂ 'ਚ ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ, ਅੱਜ ਵੀ ਆਂਟੀ ਜੀ ਨਾਲ ਰਿਸ਼ਤਾ ਉਵੇਂ ਹੀ ਪਿਆਰ ਭਰੀ? ਬਿਲਕੁਲ, ਉਸ ਤਰ੍ਹਾਂ ਦਾ ਕੋਈ ਫਰਕ ਨਹੀਂ ਆਇਆ, ਕੋਈ ਕੁਛ ਨਹੀਂ, ਠੀਕ ਚੱਲ ਰਹੀ ਲਾਈਫ। 17 ਸਾਲ ਮੈਂ ਫਾਰਮ 'ਤੇ ਆਪਣੇ ਰਿਹਾ, ਉਸ ਤੋਂ ਬਾਅਦ ਹੁਣ 36 ਸਾਲ ਹੋ ਗਏ ਮੈਨੂੰ ਚੰਡੀਗੜ੍ਹ ਆਇਆ, ਹੁਣ ਚੰਡੀਗੜ੍ਹ ਦੀ ਲਾਈਫ ਇੰਜੋਏ ਕਰ ਰਹੇ ਹਾਂ। ਅੰਕਲ ਜੀ, ਆ ਗੱਡੀ ਦੇ ਅੱਗੇ ਨਾ ਇਹ ਸਟਿੱਕਰ ਜੇ ਲੱਗੇ ਨੇ, ਇਹ ਸਟਿੱਕਰਾਂ ਦਾ ਕੀ ਕਾਰਨ ਆ? ਆਹ ਦੇਖੋ, ਕਿੰਨੇ ਸਾਰੇ ਇੱਥੇ ਲੱਗੇ ਹੋਏ ਨੇ, ਵਿੰਟੇਜ, ਕਲਾਸਿਕ ਕਾਰ, ਮੋਟਰਸਾਈਕਲ, ਇਹ ਕਾਹਦੇ ਲਗਾਏ ਹੋਏ ਨੇ? ਇਹ ਸਾਡੇ ਕਲੱਬ ਦੇ ਨੇ ਸਾਰੇ, ਜਦੋਂ ਜਦੋਂ ਇਵੈਂਟਸ ਹੁੰਦੀਆਂ ਰਹੀਆਂ, ਨਵੇਂ ਲੋਗੋ ਆਉਂਦੇ ਰਹੇ, ਅਤੇ ਉਹਨਾਂ ਦੀ ਕਲੈਕਸ਼ਨ ਆ। ਇਹ ਅੰਕਲ ਜੀ ਦਿੱਲੀ ਦਾ ਨੰਬਰ ਹੈ, ਦਿੱਲੀ ਤੋਂ ਲਈ ਸੀ ਕਾਰ? ਦਿੱਲੀ ਤੋਂ ਲਈ ਸੀ, ਕਿਸੇ ਡਾਕਟਰ ਕੋਲ ਸੀ। ਦਿੱਲੀ ਫਿਰ ਕਿਵੇਂ ਗਏ, ਕਿਵੇਂ ਸਬੱਬ ਬਣਿਆ, ਕਿਵੇਂ ਪਤਾ ਲੱਗਿਆ ਵੀ ਦਿੱਲੀ ਦੇ ਵਿੱਚ ਇਹ ਗੱਡੀ ਖੜੀ ਹੈ ਤਾਂ ਮੈਂ ਗੱਡੀ ਲੈਣੀ ਹੈ?
ਮੇਰੇ ਸਿਸਟਰ ਦੇ ਇਨ-ਲਾਜ਼ ਉੱਥੇ ਸੀ, ਉਹਨਾਂ ਦੇ ਨੇਬਰਸ 'ਚ ਇੱਕ ਡਾਕਟਰ ਸੀ ਜਿਨ੍ਹਾਂ ਕੋਲ ਇਹ ਕਾਰ ਸੀ। ਸਿਸਟਰ ਨੂੰ ਪਤਾ ਲੱਗਿਆ ਕਿ ਇਹ ਛੋਟੀ ਜਿਹੀ ਕਾਰ ਫੋਰ ਸੇਲ ਹੈ, ਉਹਨਾਂ ਨੇ ਮੈਨੂੰ ਦੱਸਿਆ ਅਤੇ ਸੋ ਮੈਂ ਪ੍ਰੋਗਰਾਮ ਬਣਾ ਕੇ ਲੈਣ ਲਈ ਚਲਾ ਗਿਆ ਸੀ। ਅੰਕਲ ਜੀ, ਗੱਡੀ ਦੇ ਵਿੱਚ ਕਿੰਨੇ ਜਾਣੇ ਬੈਠ ਸਕਦੇ ਨੇ ਇਸ 'ਚ? ਕਾਰ ਦੇਖੋ ਹੈ ਤਾਂ ਐਕਚੁਅਲੀ 2 ਸੀਟਰ ਆ, ਦੋ ਪਿੱਛੇ ਕਿਡਸ ਲਈ ਸੀਟ ਹੈ ਛੋਟੀ ਜਿਹੀ। ਦੇਖੋ ਜੇ ਤੁਸੀਂ ਹਨੀਮੂਨ ਤੇ ਜਾਓਗੇ ਫਿਰ ਕਿਡਸ ਤੇ ਹੋਣਗੇ ਹੀ, ਉਹਦੇ ਲਈ ਉਹਨਾਂ ਨੇ ਸੀਟ ਪਹਿਲਾਂ ਹੀ ਦਿੱਤੀ ਹੈ ਜੀ। ਪਹਿਲਾਂ 2 ਜਣੇ ਜਾਓ ਤੇ ਫਿਰ ਬਾਅਦ ਚ 4 ਜਣੇ। 4 ਜਣੇ ਜਾਓ। ਅੰਕਲ ਜੀ ਆਪਣੇ ਬੱਚਿਆਂ ਨੂੰ ਲੈ ਕੇ ਗਏ ਸੀ ਇਸ ਗੱਡੀ? ਹਾਂ ਬਿਲਕੁਲ, ਜਦੋਂ ਮੇਰਾ ਪਹਿਲਾ ਛੋਟਾ ਬੇਟਾ ਹੋਇਆ ਤੇ ਉਹ ਇਸ ਸੀਟ ਤੇ ਸੌਂ ਕੇ ਜਾਂਦਾ ਹੁੰਦਾ ਸੀ ਸਾਡੇ ਨਾਲ। ਹਾਂ ਬਾਤ ਹੈ, ਪੂਰੀ ਗੱਡੀ ਐ ਲਿਸ਼ਕਦੀ ਪਈ ਆ, ਅੰਦਰੋਂ ਵੀ ਪੂਰੀ ਹੈ ਨਾ ਸਾਂਭ ਸੰਭਾਲ ਕੇ ਰੱਖੀ ਹੋਈ ਹੈ। ਅੰਦਰ ਦੀ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾਉਂਦੇ ਆ ਵੀ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਗੱਡੀ ਬਣੀ ਹੋਈ ਹੈ। ਗੱਡੀ ਨੂੰ ਦੇਖ ਕੇ ਇੱਕ ਤਰ੍ਹਾਂ ਨਾਲ ਰੂਹ ਖੁਸ਼ ਹੋ ਜਾਂਦੀ ਹੈ, ਪੂਰਾ ਮੇਨਟੇਨ ਕੀਤਾ ਹੋਇਆ। ਅੰਕਲ ਜੀ ਆ ਜਿਵੇਂ ਪਾਣੀ ਦੀਆਂ ਬੋਤਲਾਂ, ਮੈਨੂੰ ਲੱਗਦਾ ਪੁਰਾਣੀਆਂ ਗੱਡੀਆਂ 'ਚ ਪਹਿਲਾਂ ਨਹੀਂ ਹੁੰਦੀਆਂ ਸੀਗੀਆਂ, ਇਹ ਸਿਸਟਮ ਤੁਸੀਂ ਆਪ ਤਿਆਰ ਕਰਾਇਆ ਜਿੱਥੇ ਪਾਣੀ ਦੀਆਂ ਇਹ ਮੈਂ ਆਪ ਤਿਆਰ ਕਰਵਾ ਕੇ ਫਿਟਿੰਗ ਕੀਤੀ, ਅਦਰਵਾਈਜ਼ ਅਸੀਂ ਉਸ ਟਾਈਮ ਤੇ ਇੱਕ ਸ਼ੀਸ਼ੇ ਦੀ ਬੋਟਲ ਪਾਣੀ ਦੀ ਲੈ ਕੇ ਨਾਲ ਚੱਲਦੇ ਹੁੰਦੇ ਸੀ। ਅੱਛਾ ਜੀ, ਪਾਸ ਦੇ ਟਾਈਮ 'ਚ ਨਾ ਜੀ ਜਦੋਂ ਕੋਈ ਬਾਹਰ ਜਾਂਦਾ ਕਹਿੰਦੇ ਜਦ ਦੁਕਾਨ ਤੋਂ ਪਾਣੀ ਦੀ ਬੋਤਲ ਲੈ ਲਾਂਗੇ। ਉਸ ਟਾਈਮ ਤੇ ਥਰਮਸ ਵੀ ਜਿਹੜੀ ਅਰਿਸਟੋਕ੍ਰੇਸੀ ਹੁੰਦੀ ਸੀ ਤੇ ਆਰਡੀਨਰੀ ਬੋਟਲ 'ਚ ਪਾਣੀ ਲੈ ਕੇ ਚੱਲਦੇ ਹੁੰਦੇ ਸੀ। ਫਿਰ ਆਂਟੀ ਜੀ ਨੇ ਤਾਂ ਅੱਜ ਵੀ ਬਹੁਤ ਖੁਸ਼ ਹੁੰਦੇ ਹੋਣੇ ਜਦੋਂ ਤੁਸੀਂ ਉਦੋਂ ਉਹਨਾਂ ਨੂੰ ਇਸ ਗੱਡੀ 'ਚ ਬਿਠਾ ਕੇ ਹਨੀਮੂਨ ਤੇ ਲੈ ਕੇ। ਹਾਂ ਬਿਲਕੁਲ, ਉਹ ਯਾਦਾਂ ਜੁੜੀਆਂ ਹੋਈਆਂ ਨੇ, ਕਦੀ ਭੁੱਲ ਨਹੀਂ ਸਕਦੇ। ਕਦੀ ਯਾਦ ਕਰਦੇ ਨੇ ਦੁਬਾਰਾ ਉਸ ਟਾਈਮ ਨੂੰ? ਹਾਂ ਬਿਲਕੁਲ ਕਰਦੇ ਆ। ਹੁਣ ਮੈਂ ਕਈ ਦਫਾ ਸੋਚਣਾ ਹੁੰਦਾ ਕਿ ਇਸ ਕਾਰ ਤੇ ਨੈਨੀਤਾਲ ਜਾਇਆ ਜਾਵੇ, ਸੇਮ ਹੋਟਲ 'ਚ ਸੇਮ ਕਮਰੇ 'ਚ ਸਟੇ ਕੀਤਾ ਜਾਏ। ਅੱਛਾ, ਹੁਣ ਮੈਰਿਜ ਐਨੀਵਰਸਰੀ ਕਦੋਂ ਆਉਣੀ ਤੁਹਾਡੀ? ਹੁਣ ਹੁਣ ਆਏਗੀ ਸਾਡੀ 55th ਹੋਏ ਆਏਗੀ। ਮਤਲਬ ਸਿਲਵਰ ਜੁਬਲੀ? ਬਿਲਕੁਲ, ਸਿਲਵਰ ਜੁਬਲੀ ਹੋ ਚੁੱਕੀ, ਗੋਲਡਨ ਜੁਬਲੀ। ਇਹ ਗੋਲਡਨ ਦੂਰ ਹੈ ਹਾਲੇ, ਉੱਪਰ ਹੋ ਗਈ। ਬਿਲਕੁਲ, ਉਸ ਹੋਟਲ ਦੇ ਵਿੱਚ। ਤੇ ਹੁਣ ਅੰਕਲ ਜੀ ਅੱਗੇ ਦਾ ਪਲਾਨ ਕੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਈ ਤੇ ਕਲੱਬ ਦੇ ਵਿੱਚ ਜਾਂਦੇ ਹੋ, ਮੈਨੂੰ ਲੱਗਦਾ ਡੇਲੀ ਤੁਸੀਂ ਉੱਥੇ ਲੇਕ ਦੇ ਉੱਤੇ ਵੀ ਜਾਂਦੇ ਹੋ? ਹਾਂ ਬਿਲਕੁਲ, ਮੈਂ ਹਰ ਸੰਡੇ ਦੋਨੋਂ ਕਾਰਾਂ ਲੈ ਕੇ ਲੇਕ ਤੇ ਇੱਕ ਰਾਊਂਡ ਲੈ ਕੇ ਆਉਂਦਾ ਤੇ ਆ ਕੇ ਖੜੀ ਕਰ ਦਿੰਦਾ। ਉਹਦੇ ਨਾਲ ਇਹ ਕਿ ਬੈਟਰੀ ਚਾਰਜ ਰਹਿੰਦੀ ਹੈ, ਕਾਰਾਂ ਵਰਕਿੰਗ ਆਰਡਰ 'ਚ ਰਹਿੰਦੀਆਂ ਨੇ, ਨਹੀਂ ਤਾਂ ਫਿਰ ਬ੍ਰੇਕ ਵਗੈਰਾ ਜੈਮ ਹੋ ਜਾਂਦੇ ਨੇ ਅਤੇ ਮੁਸ਼ਕਲਾਂ ਆਉਂਦੀਆਂ ਨੇ, ਬੈਟਰੀ ਡਾਊਨ ਹੋ ਜਾਂਦੀ ਹੈ। ਸੋ ਇਸ ਕਰਕੇ ਵਰਕਿੰਗ ਆਰਡਰ 'ਚ ਹੀ ਰਹਿਣ ਤਾਂ ਠੀਕ ਹੁੰਦਾ। ਅੰਕਲ ਜੀ ਇਸ ਗੱਡੀ ਦੀ ਐਵਰੇਜ ਕਿੰਨੀ ਕੁ, ਕਿਉਂਕਿ ਕਹਿੰਦੇ ਗੱਡੀ ਜਿੰਨੀ ਪੁਰਾਣੀ ਹੋਵੇ ਉਸਦੀ ਐਵਰੇਜ ਬੜੀ ਘੱਟ ਹੁੰਦੀ? ਐਵਰੇਜ ਦੀ 20 ਕਿਲੋਮੀਟਰ ਪਰ ਲੀਟਰ ਅੱਜ ਵੀ ਇੰਨੀ ਐਵਰੇਜ ਕਰ ਰਹੀ ਹੈ। ਮੈਂ ਦਿੱਲੀ ਗਿਆ ਸੀਗਾ ਇਸ ਗੱਡੀ 'ਤੇ, ਇਸ ਗੱਡੀ 'ਤੇ ਕਦੋਂ? 1918 'ਚ, ਜਦੋਂ ਮੈਨੂੰ ਟਰੋਫੀ ਮਿਲੀ ਸੀ। ਉਸ ਟਾਈਮ 'ਤੇ ਮੈਂ ਇੱਥੋਂ ਪੈਟਰੋਲ ਫੁੱਲ ਕਰਕੇ ਗਿਆ ਸੀ ਅਤੇ ਫਿਰ ਮੈਂ ਉੱਥੇ ਕਨਾਟ ਪਲੇਸ 'ਚ ਜਾ ਕੇ ਪੈਟਰੋਲ ਪੰਪ 'ਤੇ ਪੈਟਰੋਲ ਪਵਾਇਆ। 14.3 ਲੀਟਰ ਪੈਟਰੋਲ ਪਿਆ ਸੀ, 250 ਕਿਲੋਮੀਟਰ ਤੋਂ ਉੱਪਰ ਚੱਲੀ ਸੀ। ਦੇਖ ਕੇ ਲੱਗਦਾ ਨਹੀਂ ਵੀ ਇੰਨੀ ਜ਼ਿਆਦਾ ਐਵਰੇਜ ਦਿੰਦੀ, ਕਿਉਂਕਿ 20 ਕਿਲੋਮੀਟਰ ਦੀ ਵੀ ਐਵਰੇਜ ਬਹੁਤ ਵੱਡੀ ਗੱਲ ਹੈ ਇਸ ਗੱਡੀ ਇੰਨੀ ਪੁਰਾਣੀ। ਬਿਲਕੁਲ ਬਿਲਕੁਲ, ਅੱਜ ਵੀ ਸੇਮ ਐਵਰੇਜ ਦੇ ਰਹੀ ਹੈ। ਬਿਲਕੁਲ ਅੰਕਲ ਜੀ, ਇੱਕ ਚੀਜ਼ ਮੈਨੂੰ ਹੋਰ ਕਲੀਅਰ ਕਰੋ, ਕਿਉਂਕਿ ਜਿਸ ਤਰ੍ਹਾਂ ਇਹਦੀਆਂ ਲਾਈਟਾਂ ਬੜੀਆਂ ਛੋਟੀਆਂ ਨੇ, ਆਹ ਦੇਖੋ ਛੋਟੀਆਂ ਛੋਟੀਆਂ ਜਿਹੀਆਂ ਲਾਈਟਾਂ ਨੇ, 3 ਤਰ੍ਹਾਂ ਦੀਆਂ ਇੱਥੇ ਲਾਈਟਾਂ ਲੱਗੀਆਂ ਹੋਈਆਂ ਨੇ, ਤੇ ਇਹ ਲਾਈਟਾਂ ਜਿਹੜੀਆਂ ਨੇ ਇਹ ਪ੍ਰੋਪਰ ਵਿਜ਼ਨ ਦੇ ਦਿੰਦੀਆਂ ਨੇ, ਜਿਵੇਂ ਮਤਲਬ ਵੀ ਜਦੋਂ ਆਪਾਂ ਜਦੋਂ ਰਾਤ ਨੂੰ ਜੇ ਆਉਣਾ ਜਾਣਾ ਹੋਵੇ? ਦੇਖੋ ਹਰ ਲਾਈਟ ਹਰ ਪਾਰਟ ਦਾ ਵਰਕਿੰਗ ਆਰਡਰ 'ਚ, ਵਾਈਪਰਸ ਵਰਕਿੰਗ ਆਰਡਰ 'ਚ ਨੇ, ਬਲਿੰਕ ਕਰਦੀਆਂ ਲਾਈਟਸ, ਇੰਡੀਕੇਟਰ, ਹੈੱਡਲਾਈਟਸ, ਹਰ ਚੀਜ਼ ਵਰਕਿੰਗ ਆਰਡਰ 'ਚ ਹੈ। ਅੰਕਲ ਜੀ ਗੱਡੀ ਦਾ ਰੰਗ ਵੀ ਪਿੰਕ ਇਸ ਕਰਕੇ ਲਿਆ ਸੀ ਵੀ ਹਨੀਮੂਨ ਤੇ ਲੈ ਕੇ ਜਾਣਾ ਸੀ, ਜਾਂ ਫੇਵਰੇਟ ਰੰਗ ਹੈ ਕਿਉਂਕਿ ਕੁੜੀਆਂ ਦਾ ਰੰਗ ਹੁੰਦਾ? ਹਾਂ ਨਹੀਂ, ਛੋਟੀ ਕਾਰ ਤੇ ਰੈੱਡ ਕਲਰ ਜਿਹੜਾ ਪਿਓਰ ਰੈੱਡ ਕਹਿੰਦੇ ਨੇ ਇਹਨੂੰ, ਪਿਓਰ ਰੈੱਡ ਬ੍ਰਾਈਟ ਅੱਛਾ ਲੱਗਦਾ। ਆ ਗੱਡੀ ਦੇ ਤੁਸੀਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ, ਦੇਖੋ ਇਹ ਪਾਰਕਿੰਗ ਲਾਈਟਾਂ ਚੱਲਦੀਆਂ ਪਈਆਂ ਨੇ, ਹੈ ਨਾ ਜਦੋਂ ਸੜਕ ਦੇ ਉੱਤੇ ਜਾਂਦੀ ਆ ਉਹਦੀ ਵੀ ਤੁਹਾਨੂੰ ਅਸੀਂ ਨਾਲ ਨਾਲ ਵੀਡੀਓ ਜ਼ਰੂਰ ਸ਼ੇਅਰ ਕਰ ਰਹੇ ਹਾਂ, ਕਿਉਂਕਿ ਉਹ ਸੜਕ ਦੇ ਉੱਤੇ ਜਾਂਦੀ ਜਦੋਂ ਆਪਾਂ ਇੱਕ ਸਾਈਡ ਨੂੰ ਮੁੜਦੇ ਹਾਂ ਤਾਂ ਇੰਡੀਕੇਟਰ ਵੀ ਮਾਰਦੀ, ਯਾਨੀ ਕਿ ਰਾਤ ਨੂੰ ਅੰਕਲ ਜੀ ਰਾਤ ਨੂੰ ਜੇ ਆਪਾਂ ਗੱਡੀ ਲੈ ਕੇ ਜਾਣੀ ਹੋਈ ਕੋਈ ਦਿੱਕਤ ਨਹੀਂ ਆਉਂਦੀ, ਆਪਾਂ ਨੂੰ ਪ੍ਰੋਪਰ ਵਿਜ਼ਨ ਹੁੰਦਾ। ਬਿਲਕੁਲ ਆਰਡੀਨਰੀ ਕਾਰ ਦੀ ਤਰ੍ਹਾਂ ਚੱਲਦੀ ਹੈ, ਸਾਰੇ ਸਿਸਟਮ ਵਰਕਿੰਗ ਆਰਡਰ 'ਚ ਨੇ। ਅੰਕਲ ਜੀ ਇਹ ਗੱਡੀਆਂ ਨਾਲ ਪਿਆਰ ਕਦੋਂ ਤੋਂ ਪਿਆ ਸੀਗਾ? ਸ਼ੁਰੂ ਤੋਂ ਹੀ, ਆਫਟਰ ਮੈਰਿਜ, ਜਦੋਂ ਮੈਂ ਕਾਲਜ ਛੱਡ ਕੇ ਘਰ ਵਾਪਸ ਆਇਆ ਸੀ ਤਾਂ ਉਸ ਟਾਈਮ ਤੋਂ ਮੈਨੂੰ ਸ਼ੌਕ ਹੋ ਗਿਆ ਸੀ। ਅੰਕਲ ਜੀ ਇੱਕ ਵਾਰੀ ਗੱਡੀ ਦੀ ਹੈ ਨਾ ਖਿੜਕੀ ਖੋਲ੍ਹ ਕੇ ਉਹ ਦਿਖਾ ਦਿਓ ਵੀ ਬੰਦੇ ਜਿਵੇਂ ਅੱਗੇ ਤਾਂ ਆਪਾਂ ਖਿੜਕੀ ਖੋਲ੍ਹ ਕੇ ਬਹਿ ਜਾਂਗੇ ਪਰ ਪਿਛਲਾ ਬੰਦਾ ਕਿਵੇਂ ਬੈਠੂਗਾ? ਆ ਦੇਖਿਓ ਜੀ ਹੁਣ ਅੰਕਲ ਜੀ ਆ ਦੇਖੋ ਆ ਖੁੱਲ੍ਹ ਗਈ ਖਿੜਕੀ, ਇਹ ਖੁੱਲ੍ਹਦੀ ਵੀ ਦੂਜੇ ਪਾਸੇ ਨੂੰ ਹੈ ਨਾ ਅੰਕਲ? ਉਲਟੀ ਸਾਈਡ 'ਤੇ ਖੁੱਲ੍ਹ ਗਈ।
ਆ ਦੇਖੋ ਜੀ, ਇਹ ਸੀਟ ਹੋਏਗੀ ਅੱਗੇ ਤੇ ਇਸ ਸੀਟ ਤੋਂ ਦੀ ਬੰਦਾ ਜੋ ਜਾ ਕੇ ਦੋ ਜਾਣੇ ਜਿਹੜੇ ਆਰਾਮ ਨਾਲ ਪਿੱਛੇ ਜਾ ਕੇ ਬਹਿ ਸਕਦੇ ਨੇ ਤੇ ਪਿਛਲੇ ਬੰਦੇ ਨੂੰ ਕੋਈ ਦਿੱਕਤ ਨਾ ਆਵੇ ਉਸ ਦੇ ਲਈ ਦੇਖੋ ਜੀ ਇੱਕ ਪੱਖੇ ਦਾ ਵੀ ਪ੍ਰਬੰਧ ਕੀਤਾ ਹੈ। ਪਿੱਛੇ ਡਿੱਕੀ ਅੰਦਰ। ਅੱਛਾ ਜੀ, ਆ ਦੇਖੋ ਜੀ, ਛੋਟੀ ਜੀ ਡਿੱਕੀ ਵੀ ਹੈ, ਪੂਰਾ ਪ੍ਰੋਪਰ ਗੱਡੀ ਹੈ। ਗੱਡੀ ਨੂੰ ਦੇਖ ਕੇ ਕਹਿ ਨਹੀਂ ਸਕਦਾ ਵੀ ਸਿਰਫ ਇਹ 2 ਸੀਟਰ ਹੋਏਗੀ। ਮੈਨੂੰ ਨਹੀਂ ਲੱਗਦਾ ਅੰਕਲ ਜੀ ਇਹਨੂੰ 2 ਸੀਟਰ ਕਹਿਣਾ ਗਲਤ। ਆਰਸੀ ਵਿੱਚ ਪਾਸ ਜਿਹੜੀ ਹੈ 2 ਸੀਟਰ ਹੀ ਪਾਸ ਹੈ। ਅੱਛਾ ਜੀ, ਪਰ ਦੇਖ ਲਓ ਪੂਰਾ ਤਿਆਰ ਕੀਤੀ ਹੋਈ ਹੈ, ਪੱਖਾ ਲੱਗਾ ਹੋਇਆ, ਆਰਾਮ ਨਾਲ ਖੁੱਲ੍ਹਦੇ। ਅੰਕਲ ਜੀ, ਇਹ ਇਹਦੇ ਜਿਹੜੀ ਖਿੜਕੀ ਹੈ ਇਹ ਇੱਧਰ ਨੂੰ ਕਿਉਂ ਖੁੱਲ੍ਹਦੀ ਹੈ? ਕਿਉਂਕਿ ਪਿੱਛੇ ਜਾਣ ਲਈ ਫਿਰ ਜਿਹੜੀ ਸੀਟ ਹੈ ਉਹ ਫੋਲਡ ਹੋ ਜਾਂਦੀ ਹੈ। ਅਗਰ ਆਰਡੀਨਰੀ ਕਾਰ ਵਾਲੇ ਦਰਵਾਜ਼ੇ ਹੋਣ ਤਾਂ ਫਿਰ ਪਿੱਛੇ ਬੈਠਣਾ ਮੁਸ਼ਕਲ ਹੋ ਜਾਂਦਾ। ਬਿਲਕੁਲ ਅੰਕਲ ਜੀ, ਇੱਕ ਆਹ ਦੇਖੋ, ਆਹ ਇੱਥੇ ਆ ਹੌਰਨ, ਇਹ ਕੀ ਚੀਜ਼ ਹੈ ਇਹ? ਅੱਛਾ, ਇਹ ਹੌਰਨ ਵੀ ਵੱਜਦਾ ਹੈ ਜਦੋਂ ਗੱਡੀ ਚਲਾਉਂਦੇ ਹੋ? ਇੱਥੋਂ ਹੌਰਨ ਮਾਰਦੇ ਹੋ ਜਾਂ ਅੰਦਰੋਂ ਹੀ? ਦੋਨੋਂ ਯੂਜ਼ ਕਰ ਲੈਂਦੇ ਹਾਂ। ਦੋਨੋਂ ਯੂਜ਼ ਕਰ, ਬੱਚੇ ਹੋਣ ਤਾਂ ਇਹ ਵਾਲਾ ਹੌਰਨ ਚੱਲਦਾ, ਅਡਲਟ ਹੋਣ ਤੇ ਦੂਸਰਾ ਦੂਸਰਾ। ਚੱਲਦਾ। ਕੀ ਬਾਤ ਹੈ, ਕੀ ਬਾਤ ਹੈ, ਪੂਰੀ ਐ ਲਸ਼ਕਾਈ ਪਈ ਹੈ। ਟਾਇਰ ਦੇਖੋ ਗੱਡੀ ਦੇ, ਨਵੇਂ ਨਰੋਏ ਪਏ ਨੇ। ਅੰਕਲ ਜੀ, ਫਿਰ ਇਹ ਟਾਇਰ ਵਗੈਰਾ ਕਿਸ ਤਰ੍ਹਾਂ ਕਿੱਥੋਂ ਲੈ ਕੇ ਆਉਂਦੇ ਹੋ? ਕਿਉਂਕਿ ਘਰੇ ਵੀ ਤੁਸੀਂ ਇੱਕ ਛੋਟੀ ਜੀ ਵਰਕਸ਼ਾਪ ਬਣਾਈ ਹੈ, ਘਰੇ ਹੀ ਤੁਸੀਂ ਤਿਆਰ ਕਰਦੇ ਹੋ? ਟਾਇਰ ਤੇ ਆਰਡੀਨਰੀ ਸਾਈਜ਼ ਆ, ਕੋਈ ਪ੍ਰੋਬਲਮ ਨਹੀਂ। ਟਾਇਰਸ ਤਾਂ ਮਿਲ ਜਾਂਦੇ ਨੇ, ਬੈਟਰੀ ਟਾਇਰ, ਇਹ ਤਾਂ ਨੋਰਮਲ ਕਾਰਾਂ 'ਚ ਵੀ ਇਹੀ ਆਉਂਦੇ ਨੇ, ਕੋਈ ਮੁਸ਼ਕਲ ਨਹੀਂ ਆਉਂਦੀ। ਸੋ ਇਹ ਤਾਂ ਅਵੇਲੇਬਲ ਨੇ, ਕੋਈ ਐਸੀ ਪ੍ਰੋਬਲਮ ਨਹੀਂ ਹੈਗੀ। ਬਿਲਕੁਲ ਅੰਕਲ ਜੀ, ਇੱਕ ਗੱਡੀ ਦੀ ਫਿਰ ਗੇੜੀ ਹੋ ਜੇ। ਹਾਂ ਹਾਂ, ਜ਼ਰੂਰ ਹੋ ਜੇ। ਚਲੋ ਅੰਕਲ ਜੀ, ਆਪਾਂ ਗੱਡੀ ਦੀ ਗੇੜੀ ਲੈ ਕੇ ਆਉਂਦੇ ਹਾਂ ਤਾਂ ਗੱਡੀ ਚਲਾ ਕੇ ਦਿਖਾਉਂਦੇ ਹਾਂ। ਇੱਥੇ ਲੋਕ ਵੀ ਖੜੇ ਨੇ, ਲੋਕ ਵੀ ਖੜ ਖੜ ਵੇਖ ਰਹੇ ਨੇ ਕਿ ਆਖਿਰਕਾਰ ਇੰਨੀ ਸੋਹਣੀ ਗੱਡੀ ਜਿਹੜੀ ਹੈ ਅੱਜ ਇੱਥੇ ਪਹੁੰਚੀ ਹੈ। ਤਾਂ ਪੁਰਾਣੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਨੂੰ ਸਾਨੂੰ ਜੋ ਇਹ ਸਰਦਾਰ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਕਿਉਂਕਿ ਇਹ ਗੱਡੀ ਬੜੀ ਅਨੋਖੀ ਗੱਡੀ ਹੈ। 500 ਸੀ ਗੱਡੀ ਹੈ, ਫੀਐਟ ਗੱਡੀ ਹੈ, ਬਹੁਤ ਪੁਰਾਣਾ ਮਾਡਲ ਹੈ, ਪਰ ਇਸ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਤਰੋ ਤਾਜ਼ਾ ਰੱਖਿਆ ਹੋਇਆ। ਤਾਂ ਅੰਕਲ ਜੀ, ਗੱਡੀ ਦੇ ਇੱਕ ਵਾਰੀ ਹੌਰਨ ਦੋਨੇ ਵਜਾ ਕੇ ਦਿਖਾ ਦਿਓ ਵੀ ਕਿੱਦਾਂ ਦੇ ਹੌਰਨ ਨੇ ਇਹਦੇ। ਤਾਂ 2 ਤਰ੍ਹਾਂ ਦੇ ਹੌਰਨ ਨੇ ਆਮ ਗੱਡੀਆਂ ਦੇ ਵਿੱਚ, ਕਹਿੰਦੇ 1 ਤਰ੍ਹਾਂ ਦਾ ਹੌਰਨ ਹੁੰਦਾ। ਤੇ ਲੋਕ ਦੇਖੋ ਜੀ, ਫੋਟੋਆਂ ਖਿੱਚ ਰਹੇ ਨੇ, ਲੋਕ ਫੋਟੋਆਂ ਖਿੱਚ ਰਹੇ ਨੇ, ਵੀਡੀਓ ਬਣਾ ਰਹੇ ਨੇ। ਇੰਨਾ ਮਤਲਬ ਵੀ ਜੋ ਇਹ ਦੇਖਣ ਨੂੰ ਮਿਲਦਾ ਵੀ ਲੋਕ ਖੜ ਖੜ ਇਸ ਗੱਡੀ ਨੂੰ ਦੇਖਦੇ। ਤਾਂ 2 ਤਰ੍ਹਾਂ ਦੇ ਹੌਰਨ ਨੇ ਜੀ ਗੱਡੀ ਦੇ ਵਿੱਚ। ਆ ਪਹਿਲਾ ਇਹ ਹੌਰਨ ਹੋ ਗਿਆ ਨੋਰਮਲ ਹੌਰਨ, ਤੇ ਹੁਣ ਤੁਹਾਨੂੰ ਅੰਕਲ ਜੀ ਦੂਜਾ ਹੌਰਨ ਵਜਾ ਕੇ ਦਿਖਾਉਣਗੇ ਕਿ ਦੂਜਾ ਹੌਰਨ ਕਿਹੜਾ। ਇਹ ਹੌਰਨ ਸੁਣ ਕੇ ਲੱਗਦਾ ਵੀ ਟ੍ਰੇਨ ਦਾ ਹੌਰਨ ਹੈ, ਯਾਨੀ ਕਿ ਪੂਰੀ ਗੱਡੀ ਜਿਹੜੀ ਐਨ ਰਿਸ਼ਕਾ ਮਾਰਦੀ ਹੈ। ਤਾਂ ਹੁਣ ਤੁਹਾਨੂੰ ਨਾ ਥੋੜ੍ਹੀ ਜਿਹੀ ਗੱਡੀ ਚਲਾ ਕੇ ਦਿਖਾਉਂਦੇ ਹਾਂ ਵੀ ਗੱਡੀ ਚੱਲਦੀ ਕਿਵੇਂ ਹੈ ਜੀ। ਇੰਜਨ ਵੀ ਤਸਵੀਰ ਦਿਖਾਉਂਦੇ ਹਾਂ ਵੀ ਇੰਜਨ ਜਿਹੜੀ ਹੈ, ਇੰਜਨ ਦਿਖਾਉਂਦੇ ਹਾਂ। ਪੈਟਰੋਲ ਗੱਡੀ ਹੈ ਅੰਕਲ ਜੀ? ਹਾਂਜੀ, ਪੈਟਰੋਲ। ਇਹਦਾ ਪੈਟਰੋਲ ਟੈਂਕ ਅੱਗੇ ਆ, ਬੈਟਰੀ ਪਿੱਛੇ ਆ, ਦੋਨੋਂ ਇੱਕ ਦੂਸਰੇ ਤੋਂ ਡਿਸਟੈਂਸ ਤੇ ਹੋਣੇ ਚਾਹੀਦੇ। ਜੇ ਕਦੀ ਬੈਟਰੀ ਦਾ ਸਪਾਰਕ ਹੋ ਜਾਏ, ਅਦਰਵਾਈਜ਼ ਅੱਗ ਲੱਗਣ ਦਾ ਡਰ ਹੁੰਦਾ। ਸੋ ਇਸ ਕਰਕੇ ਉਹਨਾਂ ਨੇ ਪੈਟਰੋਲ ਟੈਂਕ ਬੋਨਟ ਦੇ ਨੀਚੇ ਦਿੱਤਾ, ਜਿਹੜੀ ਬੈਟਰੀ ਹੈ ਉਹ ਪਿੱਛੇ ਕਿਡਜ਼ ਵਾਲੀ ਸੀਟ ਦੇ ਨੀਚੇ ਦਿੱਤੀ ਹੋਈ। ਕਿੰਨੇ ਟਾਈਮ ਬਾਅਦ ਅੰਕਲ ਜੀ ਦੀ ਸਰਵਿਸ ਕਰਾਉਣੀ ਪੈਂਦੀ ਆਪਾਂ? ਘੱਟ ਚੱਲਦੀ ਕਰਕੇ ਸਾਲ 'ਚ 1 ਦਫ਼ਾ ਕਰ ਲੈਂਦੇ ਹਾਂ। ਮੈਂ ਘਰ ਹੀ ਸਰਵਿਸ ਕਰਨਾ। ਘਰ ਆਪ ਹੀ ਕਰ? ਹਾਂਜੀ ਬਿਲਕੁਲ। ਭਈਆ ਗੱਡੀ ਦੇਖ ਰਹੇ ਹੋ, ਪਹਿਲਾਂ ਗੱਡੀ ਦੇਖੀ ਇਦਾਂ ਦੀ? ਨਹੀਂ ਨਹੀਂ, ਕਦੇ ਨਹੀਂ ਦੇਖੀ। ਕਿਸੀ ਲੱਗੀ ਆਪਕੋ? ਬਹੁਤ ਅੱਛਾ, ਖੂਬਸੂਰਤ ਹੈ ਬਹੁਤ। ਇਸਮੇ ਸਭ ਅਲੱਗ ਕਿਆ ਲਗਾ? ਯੂਨੀਕ ਹੈ, ਅਲੱਗ ਹੀ ਸਟਾਈਲ ਹੈ ਗੱਡੀ ਦਾ। ਤਬ ਵੀ ਆਪ ਫੋਟੋ ਖਿੱਚ ਰਹੇ ਥੇ? ਹਾਂ ਜੀ। ਐਸੀ ਗੱਡੀ ਮੇ ਦੇਖ ਆਪਨੇ ਕਭੀ ਪਹਿਲੇ ਦੇਖਾ ਆਜ ਕੀ ਗਾੜੀ ਮੇ ਜੈਸੇ ਇਸ ਗਾੜੀ ਮੇ 2 ਹੋਰਨ ਹੈ ਜਾਂ ਫਿਰ ਇਸ ਤਰ੍ਹਾਂ ਕੀ ਗਾੜੀ ਕਭੀ ਉਹ ਚੰਡੀਗੜ੍ਹ ਕੀ ਸੜਕੋ ਪੇ ਦੇਖੀ ਹੋ? ਨਹੀਂ ਨਹੀਂ, ਕਭੀ ਨਹੀਂ, ਕਭੀ ਨਹੀਂ ਦੇਖੀ। ਅੱਛੀ ਲੱਗੀ? ਹਾਂ, ਅੱਛੀ ਲੱਗੀ। ਬਿਲਕੁਲ, ਤਾਂ ਲੋਕਾਂ ਨੂੰ ਵੀ ਅੰਕਲ ਜੀ ਤੁਹਾਡੀ ਗੱਡੀ ਬੜੀ ਪਸੰਦ ਆਉਂਦੀ ਹੈ। ਹਾਂ ਬਿਲਕੁਲ। ਜਿਹੜੀ ਵਿੰਟੇਜ ਗੱਡੀਆਂ ਹੁੰਦੀਆਂ ਨੇ, ਲੋਕੀ ਮੋਸਟਲੀ ਜਿਹੜੇ ਆ ਨਾ ਮਤਲਬ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਦੇ ਦਿੰਦੇ ਨੇ ਜਾਂ ਫਿਰ ਜਿਵੇਂ ਫਿਲਮਾਂ ਦੇ ਵਿੱਚ ਦੇ ਦਿੰਦੇ ਆ ਜਾਂ ਗੀਤਾਂ ਦੇ ਵਿੱਚ ਦੇ ਦਿੰਦੇ, ਤੁਹਾਡੀ ਗੱਡੀ ਇਹ ਗਈ ਕਿਸੇ ਸ਼ੂਟਿੰਗ ਦੇ ਲਈ? ਨਹੀਂ, ਕਦੀ ਨਹੀਂ, ਪਰ ਉਹ ਡਿਮਾਂਡ ਕਰਦੇ ਨੇ, ਪਰ ਮੈਂ ਇੰਟਰਸਟਿਡ ਨਹੀਂ ਹੁੰਦਾ। ਕਿਉਂਕਿ ਕਿੰਨੇ ਇੰਟਰਸਟਿਡ ਹੁੰਨੇ ਹੋ ਇਹ ਦੱਸ ਦੋ। ਮੈਂ ਸਿਰਫ ਉਹਨਾਂ ਲੋਕਾਂ ਲਈ ਇੰਟਰਸਟਿਡ ਹੁੰਨਾ ਜਿਨ੍ਹਾਂ ਦੀ ਲਵ ਮੈਰਿਜ ਹੋਵੇ ਜਾਂ ਉਹਨਾਂ ਨੇ ਘਰ ਤੋਂ ਦੌੜ ਕੇ ਮੈਰਿਜ ਕਰਵਾਈ ਹੋਵੇ, ਉਹਨਾਂ ਨੂੰ ਮੈਂ ਦੇ ਦੇਵਾਂਗਾ ਘਰ। ਕਾਰਨ ਕੀ ਹੈ ਵੀ ਜਿਨ੍ਹਾਂ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਹੋਵੇ ਜਾਂ ਲਵ ਮੈਰਿਜ ਹੀ ਹੋਵੇ? ਉਹਨਾਂ ਨੇ ਐਫਰਟਸ ਕੀਤੀਆਂ ਹੁੰਦੀਆਂ, ਤਦ ਕਰਕੇ ਮੈਂ ਉਹਨਾਂ ਨੂੰ ਪ੍ਰੇਸ ਕਰਨਾ ਉਹਨਾਂ ਦੀ। ਅੰਕਲ ਜੀ, ਲਾਸਟ ਵਾਲਾ ਮੇਰਾ, ਫਿਰ ਆਪਾਂ ਗੱਡੀ ਦੀ ਇੱਕ ਗੇੜੀ ਲੈ ਕੇ ਆਵਾਂਗੇ ਵੀ ਲੋਕਾਂ ਨੂੰ ਕੀ ਕਹੋਗੇ ਜਿਹੜੇ ਕਿ ਅੱਜ ਕੱਲ੍ਹ ਮਹਿੰਗੇ ਮਹਿੰਗੇ ਲਗਜ਼ਰੀ ਗੱਡੀਆਂ ਲੈਂਦੀਆਂ ਨੇ, ਚਾਹੇ ਵੱਡੇ ਵੱਡੇ ਗੱਡੀਆਂ ਦੇ ਮਾਡਲ ਹੋ ਗਏ, ਬ੍ਰਾਂਡਸ ਹੋ ਗਏ, ਪਰ ਇਹ ਗੱਡੀ ਜਦ ਵੀ ਸੜਕਾਂ ਤੇ ਜਾਂਦੀ ਹੈ ਇੱਕ ਵੱਖਰਾ ਹੀ ਗੱਡੀ ਦੀ ਲੁੱਕ ਹੈ, ਵੱਖਰਾ ਹੀ ਦੇਖਣ ਨੂੰ ਮਿਲਦਾ ਹੈ। ਤੇ ਅੱਜ ਕੱਲ੍ਹ ਲੋਕ ਪੁਰਾਣੀਆਂ ਗੱਡੀਆਂ ਨੂੰ ਛੱਡ ਕੇ ਨਵੀਆਂ ਗੱਡੀਆਂ ਵੱਲ ਜ਼ਰੂਰ ਭੱਜ ਰਹੇ ਨੇ, ਉਹਨਾਂ ਨੂੰ ਕੀ ਕਹੋਗੇ? ਦੇਖੋ ਜੀ, ਮਾਰਕੀਟ 'ਚ ਲੇਟੈਸਟ ਇੰਨੀਆਂ ਗੱਡੀਆਂ ਆ ਗਈਆਂ ਕਿ ਤੁਸੀਂ ਉਹਨਾਂ ਦੇ ਨਾਮ ਨਹੀਂ ਲੈ ਸਕਦੇ, ਪਰ ਕੋਈ ਵੀ ਲੇਟੈਸਟ ਗੱਡੀ ਮੇਰੇ ਨਾਲ ਚਾਹੇ ਕਿ ਮੇਰੇ ਨਾਲ ਐਕਸਚੇਂਜ ਕਰ ਲਓ, ਮੈਂ ਕਿਸੇ ਨਾਲ ਐਕਸਚੇਂਜ ਨਹੀਂ ਕਰਾਂਗਾ। ਬ੍ਰੈਂਡ ਨਿਊ ਗੱਡੀ ਵੀ ਹੋਵੇ ਭਾਵੇਂ।
हुण तक किन्ने अंकल जी किन्ने कीमत इस गड्डी दी लग चुकी है जां किसे ने ऑफर दित्ता होवे वी इन्ने च लै लो? नहीं, मेरी गड्डी दी कीमत तो मैं कदी लगवाई नहीं। अदरवाइज़ मैं न्यूजीलैंड गया सी, उत्थे एक अंग्रेज़ कोल है सी, वह 26 लाख रुपया इंडियन करंसी च मंग रहा सी। एक आगरे च किसी कोल है सी, वह 40 लाख रुपया मंग रहा। लखां दी कीमत है पर शौक है, शौक करके संभाल के। हाँ जी, तो बिल्कुल तो अंकल जी ने असी गल की तो हूँ असी जिहड़े है ना इस गड्डी दी झूटी लैके आवांगे, गेड़ी ला के आवांगे कि गड्डी दे विच बैठ के जिहड़ी है किद्दां दी फीलिंग आउंदी है। नाल नाल थोड़ा थोड़ा चली जाए क्योंकि थोड़ी जी गल करांगे आपां। हेलो हेलो हेलो, ता जी गड्डी दे विच असी बैठ चुके हाँ, गड्डी दी सवारी साडी शुरू हो चुकी है, असी लाउन लगे गेड़ी। अंकल जी आवाज़ भी बहुत घट कर दी, नहीं अजकल दी गड्डियां आवाज़ बहुत करदियां ने। छोटा इंजन है, अच्छी कंडीशन च है, इस करके आवाज़ नहीं कोई है। पेट्रोल दी वैसे भी आवाज़ घट हुंदी है। पता ही नहीं लगता भी असी अजकल दी गड्डियां जो बैठे हैं जां पुरानी गड्डियां बैठे हैं। पूरी एन सीटां भी पूरी एन कंफर्टेबल है, सीट बेल्ट भी लगी हुई है। हाँ बिल्कुल, उस टाइम ते सीट बेल्ट नहीं सी, ये बाद च फिट हुई ने। साइड व्यू मिरर भी उस टाइम ते नहीं सी आंदे हुंदे, ते बाद च फिट होए ने। जी बिल्कुल, अच्छा बाद दे विच सारा फिट कीता। अंकल जी फिर जिवें आ की चीज़ है फिर जिहड़ी इत्थे लगे होए ने? इहदे इंस्ट्रूमेंट्स ते हैगे आ इंडीकेशन, ते सारे जिन्ने मीटर्स वगैरह सारे वर्किंग ऑर्डर च ने। तां बिल्कुल इह गड्डी दी भाई गेड़ी ला के आए आ, गेड़ी ला के मजा बड़ा आया क्योंकि अनोखी जी गड्डी है, तो इस अनोखी जी गड्डी च बैठ के फीलिंग भी बड़ी अनोखी जी आउंदी पई है। जेकर तुसीं भी चंडीगढ़ आओ तो एक बार जरूर इस गड्डी नूं देखियो, तो अंकल जी तो आंटी जी तो सानू भी बहुत कुछ सीखण नूं मिलेगा। सीखण नूं इस करके मिलेगा क्योंकि इन्ने साल बीत गए विआह नूं, विआह दे उत्ते गड्डी लई सी ते अज हनीमून दे उत्ते भी उस टाइम इस गड्डी दे उत्ते गए सन, ते लोक भी इस नूं प्यार करदे ने। ते अज भी अंकल जी लोकां दे विच जिवें तलाक हो रहे ने जां महीना नहीं मतलब भी रिश्ते संभाले जांदे, तलाक तक गल पहुंच जाती है, रिश्ते टुट जाते हैं, उन्होंने लोगों को की कहूंगे? मैं अपनी वाइफ नूं ते अपनी गड्डी दोनों नूं कभी तलाक नहीं दवांगा। ते पर जिहड़े अंकल जी अजकल लोकां च पेशेंस की कमी है, जिवें नौजवान हो गए है ना, छेती मतलब सहन शक्ति की घाट होगी जिस करके रिश्ते निभ नहीं रहे, ये साडे लई बहुत वड्डी गिरावट वाली गल है ना। इन्हां उन्हां नौजवानों नूं की कहूंगे? बस यही है कि लाइफ फास्ट हो चुकी है, लोगों को टाइम नहीं रह गया, इस करके जिहड़े लोग ने अनरेस्ट जे नहीं। बिल्कुल बिल्कुल, तो बहुत बहुत शुक्रिया अंकल जी, बहुत सोहना लग्या तुहाडे नाल गल करके। थैंक यू, वेलकम जी। तो यह सी जी असी गड्डी च बैठ के गेड़ी लाई है, गेड़ी ला के मज़ा बड़ा आया, तो मैनू इंटरव्यू की क्लोजिंग भी गड्डी दे विच बैठ के करनी पै रही, इस करके करनी पै रही है क्योंकि मेरा इस गड्डी चो निकलन जी नहीं करता। तो आपस दे विच सहनशीलता जरूरी होनी चाहिए है जे किसी भी रिश्ते निभाना, तो यह सहनशीलता ये प्यार ये मुहब्बत सानू अंकल आंटी की जोड़ी तो सीखन नूं मिले क्योंकि अंकल जी ने तो साफ कहता कहिंदे भी जो मर्जी हो जाए ना, मैं अपनी वाइफ नूं कभी तलाक देना तो ना ही मैं अपनी इस गड्डी नूं तलाक देना। अजिहियां शख्सियतां अजिहियां इंटरव्यूज़ नाल तुहानूं रूबरू करवाउंदे रहांगे। जुड़े रहो डेली पोस्ट पंजाबी ਦੇ ਨਾਲ।